ਅਕਸਰ ਅਸੀਂ ਪਲਾਸਟਿਕ ਦੀ ਥੈਲੀ ਨੂੰ ਬੰਦ ਕਰਨ ਲਈ ਰਬਰ ਬੈਂਡ ਜਾਂ ਕਲਿੱਪਾਂ ਯੂਜ਼ ਕਰਦੇ ਹਾਂ। ਹੁਣ ਅਸੀਂ ਇੱਕ ਨਵਾਂ ਅਤੇ ਵਧੀਆ ਤਰੀਕਾ ਵਿਖਾਉਣ ਲੱਗੇ ਹਾਂ ਪਲਾਸਟਿਕ ਦੀ ਥੈਲੀ ਨੂੰ ਸੀਲ ਕਰਨ ਦਾ। ਇੱਕ ਛੋਟੀ ਪਲਾਸਟਿਕ ਦੀ ਬੋਤਲ ਨੂੰ ਉਤਲੇ ਸਿਰੇ ਤੋਂ 5 ਸੈਂਟੀਮੀਟਰ ਥੱਲੋਂ ਕੱਟ ਕਰ ਦਿਓ। ਤੁਹਾਨੂੰ ਬੋਤਲ ਦਾ ਸਿਰਫ ਉਤਲਾ ਭਾਗ ਹੀ ਕੰਮ ਆਏਗਾ। ਹੁਣ ਤੁਸੀਂ ਪਲਾਸਟਿਕ ਦੀ ਥੈਲੀ ਨੂੰ ਮਣਕਿਆਂ ਅਤੇ ਬਟਨਾਂ ਨਾਲ ਭਰ ਦਿਓ ਅਤੇ ਥੈਲੀ ਦਾ ਮੂੰਹ ਬੰਦ ਕਰਕੇ ਬੋਤਲ ਦੇ ਉਤਲੇ ਸਿਰੇ ਤੋਂ ਬਾਹਰ ਕੱਢ ਲਿਓ। ਹੁਣ ਪਲਾਸਟਿਕ ਦੀ ਥੈਲੀ ਦੇ ਮੂੰਹ ਨੂੰ ਢੱਕਣ ਦੇ ਆਲੇ ਦੁਆਲੇ ਘੁਮਾ ਦਿਓ ਅਤੇ ਉੱਤੋਂ ਢੱਕਣ ਬੰਦ ਕਰ ਦਿਓ। ਇਹ ਪਲਾਸਟਿਕ ਦੀ ਥੈਲੀ ਨੂੰ ਸੀਲ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਹੈ। ਕਿਸੇ ਵੀ ਰਬਰ ਬੈਂਡ ਜਾਂ ਕਲਿੱਪ ਦੇ ਵਰਤੋਂ ਕੀਤੇ ਬਗੈਰ ਤੁਸੀਂ ਇਹ ਥੈਲੀ ਨੂੰ ਜਿੰਨੀ ਮਰਜ਼ੀ ਬਾਰ ਖੋਲ ਬੰਦ ਕਰ ਸਕਦੇ ਹੋ।